ਤੁਸੀਂ ਸੋਚ ਰਹੇ ਹੋਵੋਗੇ ਹਲੇ ਤੱਕ ਵੀਡੀਓ 'ਚ ਕੋਈ ਬੋਲਿਆ ਕਿਉਂ ਨਹੀਂ, ਪਰ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਪਹਿਲਾਂ ਇਹਨਾਂ ਤਸਵੀਰਾਂ ਨੂੰ ਬੜੇ ਧਿਆਨ ਨਾਲ ਦੇਖੋ। ਨਾ ਨਾ, ਗਲਤ ਨਾ ਸੋਚਣਾ, ਇੱਥੇ ਕੋਈ ਬੰਬ ਧਮਾਕਾ ਨਹੀਂ ਹੋਇਆ ਅਤੇ ਨਾ ਹੀ ਇਹਨਾਂ ਤਸਵੀਰਾਂ 'ਚ ਬੇਸੁੱਧ ਪਏ ਲੋਕ ਮੁਰਦਾ ਨੇ, ਬਲਕਿ ਇਹ ਤਸਵੀਰਾਂ ਨੇ ਇੱਕ ਵਿਆਹ ਸਮਾਗਮ ਦੀਆਂ ਜਿੱਥੇ ਥੋੜ੍ਹੀ ਦੇਰ ਪਹਿਲਾਂ ਤੱਕ ਖੁਸ਼ੀਆਂ ਖੇੜਿਆਂ ਵਾਲਾ ਮਾਹੌਲ ਸੀ। ਬੇਸੁੱਧ ਪਏ ਇਹਨਾਂ ਲੋਕਾਂ ਨੇ ਨਾ ਸਿਰਫ ਸ਼ਰਾਬੀ ਹੋਣ ਤੋਂ ਪਹਿਲਾਂ ਵਿਆਹ ਦੇ ਇਸ ਪੰਡਾਲ ਦਾ ਇਹ ਹਾਲ ਕਰ ਦਿੱਤਾ, ਸਗੋਂ ਇਹ ਖੁਦ ਆਪ ਵੀ ਇਸ ਲਾਇਕ ਨਹੀਂ ਰਹੇ ਕਿ ਜਿੱਥੇ ਬੈਠੇ ਨੇ ਉੱਥੋਂ ਉੱਠ ਵੀ ਸਕਣ। ਸੋਸ਼ਲ ਮੀਡੀਆ 'ਤੇ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਇਹਨਾਂ ਤਸਵੀਰਾਂ ਨੂੰ ਦੇਖ ਕੇ ਤੁਸੀਂ ਸਹਿਜੇ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਕੁਝ ਦੇਰ ਪਹਿਲਾਂ ਤੱਕ ਦਿਸ ਰਹੇ ਹੱਸਦੇ ਵੱਸਦੇ ਇਹਨਾਂ ਸਟਾਲਾਂ 'ਤੇ ਕਿੰਨੀ ਬੁਰੀ ਤਰ੍ਹਾਂ ਧੂਕੜੀ ਸਤੇ ਖੋ ਖਵਾਈ ਹੋਈ ਹੈ। ਵੱਡੀ ਗੱਲ ਇਹ ਹੈ ਕਿ ਚਾਰੇ ਪਾਸੇ ਬੁਰੀ ਤਰ੍ਹਾਂ ਉਜਾੜੇ ਦੇ ਬਾਵਜੂਦ ਵੀ ਇਹ ਸਮਾਗਮ ਆਪਣੀ ਰਫਤਾਰ ਤੁਰਦਾ ਰਿਹਾ। ਜਿਹੜਾ ਖਾਣਾ ਖਾ ਰਿਹਾ ਉਹ ਆਪਣਾ ਆਨੰਦ ਲੈ ਰਿਹਾ, ਜਿਹੜਾ ਨੱਚ ਰਿਹਾ ਉਹ ਧਰਤੀ 'ਤੇ ਖੂਬ ਵੱਡੀਆਂ ਮਾਰ ਰਿਹਾ, ਜਿਹੜਾ ਸ਼ਰਾਬ ਦੇ ਮਜ਼ੇ ਲੈ ਰਿਹਾ ਉਹਨਾਂ ਦੇ ਤਾਂ ਕੀ ਕਹਿਣੇ ਨੇ। ਜਿਹੜਾ ਜਿੱਥੇ ਬੈਠਾ ਉਹ ਉੱਥੇ ਹੀ ਬੈਠਾ, ਜਿਹੜਾ ਜਿੱਥੇ ਝੂਲ ਰਿਹਾ ਉਹ ਉੱਥੇ ਹੀ ਝੂਲ ਰਿਹਾ। ਅਤੇ ਇਹਨਾਂ ਜਹਾਜ਼ ਬਣੇ ਪਏ ਜਨਾਬ ਬਾਰੇ ਤਾਂ ਕੋਈ ਵਿਆਖਿਆ ਨਹੀਂ ਕੀਤੀ ਜਾ ਸਕਦੀ। ਇਹ ਸਭ ਦੌਰਾਨ ਕੈਮਰੇ ਨੇ ਘੁੰਮ ਘੁੰਮ ਕੇ ਸਮਾਗਮ ਦਾ ਆਯੋਜਨ ਕਰਨ ਵਾਲੇ ਨੂੰ ਬਥੇਰਾ ਲੱਭਣ ਦੀ ਕੋਸ਼ਿਸ਼ ਕੀਤੀ, ਪਰ ਉਹ ਕਿਤੇ ਵੀ ਦਿਖਾਈ ਨਹੀਂ ਦਿੱਤਾ। ਪਰ ਇਹਨਾਂ ਤਸਵੀਰਾਂ ਨੇ ਵਿਆਹ ਸਮਾਗਮਾਂ 'ਚ ਖੁੱਲ੍ਹੀ ਵਰਤਾਈ ਜਾਂਦੀ ਸ਼ਰਾਬ ਦੇ ਮਾਮਲੇ ਨੂੰ ਇੱਕ ਵਾਰ ਮੁੜ ਤੋਂ ਉਜਾਗਰ ਕਰ ਦਿੱਤਾ ਹੈ ਅਤੇ ਇੱਕ ਭਿਆਨਕ ਤਸਵੀਰ ਸਮਾਜ ਅੱਗੇ ਪੇਸ਼ ਕੀਤੀ ਹੈ। ਬਿਊਰੋ ਰਿਪੋਰਟ, ਗਲੋਬਲ ਪੰਜਾਬ ਟੀਵੀ।